ਤੇ ਮੈਂ ਇਸ ਪਿੰਡ ਦੇ ਸਰਪੰਚ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਇੰਨੀ ਵਧੀਆ ਲੇਕ ਬਣਾਈ। ਸਾਨੂੰ ਬਹੁਤ ਵਧੀਆ ਫੀਲ ਹੋਇਆ ਇੱਥੇ ਆ ਕੇ। ਪਿੰਡ ਜਦੋਂ ਹਨਾ ਬਹੁਤਿਆਂ ਨੂੰ ਫਿਰ ਦੱਸੀਦਾ ਵੀ ਬਈ ਸਾਡਾ ਪਿੰਡ ਵੀ ਇੱਕ ਹੀ ਆ। ਪਿੰਡ ਹੀ ਉਹ ਥਾਂ ਵਾ ਜਿੱਥੇ ਮਨੁੱਖ ਦੀਆਂ ਮਤਲਬ ਕਿ ਬਚਪਨ ਬੀਤਦਾ ਬਾਈ। ਸ਼ਹਿਰਾਂ ਵਿੱਚ ਵੀ ਉਹ ਸਰ ਜਿਵੇਂ ਖੇਤ ਵਗੈਰਾ ਹੋ ਗਏ ਮੈਮ ਸਰ ਉਹ ਹੁੰਦੇ ਨੇ ਉੱਥੇ। ਬੀਬੇ ਮੈਂ ਨਾ ਸਹੀ ਪਰ ਮੇਰੀਆਂ ਆਉਣ ਵਾਲੀਆਂ ਨਸਲਾਂ ਇਸ ਆਜ਼ਾਦੀ ਦਾ ਨਿੱਘ ਜ਼ਰੂਰ ਮਾਣਨਗੀਆਂ ਤੇ ਵੇਖੀ ਬੇਬੇ ਇੱਕ ਨਾ ਇੱਕ ਦਿਨ ਆਜ਼ਾਦ ਭਾਰਤ ਦਾ ਸੂਰਜ ਪੂਰੀ ਦੁਨੀਆ ਤੇ ਚਮਕੂਗਾ ਬੇਬੇ। ਜੇ ਬੱਚੇ ਨੇ ਪੜ੍ਹਨਾ ਹੋਵੇ ਤਾਂ ਉਹ ਘਰ ਬੈਠ ਕੇ ਵੀ ਪੜ੍ਹ ਸਕਦਾ ਵਾ ਕਿਉਂਕਿ ਬੱਚੇ ਹੋਰਾਂ ਥਾਵਾਂ ਤੇ ਪੜ੍ਹਨ ਲਈ ਜਾਂਦੇ ਹੈਗੇ ਹਨਾ। ਲਓ ਜਨਾਬ ਪਹੁੰਚ ਗਏ ਆ ਫਿਰ ਝੀਲ ਦੇ ਅੰਦਰ ਕਿਸ਼ਤੀ ਦੇ ਅੰਦਰ ਜਿੱਥੇ ਕਿ ਲਗਾਤਾਰ ਭਾਵੇਂ ਪਿੰਡ ਦੇ ਸਰਪੰਚ ਸਾਹਿਬ ਦੀ ਗੱਲ ਕੀਤੀ ਜਾਵੇ ਟੀਚਰ ਸਾਹਿਬਾਨ ਦੀ ਗੱਲ ਕੀਤੀ ਜਾਵੇ ਗੱਲਬਾਤ ਕੀਤੀ ਜਾ ਰਹੀ ਸੀ ਕਿ ਝੀਲ ਦਾ ਉਦਘਾਟਨ ਤੇ ਨਾਲ ਦੀ ਨਾਲ ਵੋਟਿੰਗ ਸ਼ੁਰੂ ਕੀਤੀ ਗਈ ਹੈ ਤੇ ਹੁਣ ਅਸੀਂ ਪਾਣੀ ਦੇ ਵਿੱਚ ਮੌਜੂਦ ਆ। ਜੇਕਰ ਪਹਿਲੀ ਵਾਰ ਤੁਹਾਨੂੰ ਸਮਝ ਆ ਗਈ ਹੋਣੀ ਤਾਂ ਵੀ ਠੀਕ ਆ ਪਰ ਅੰਦਰ ਵੜ ਕੇ ਐਵੇਂ ਫੀਲ ਹੁੰਦਾ ਕਿ ਅਸੀਂ ਵਾਕਈ ਹੀ ਸੁਖਨਾ ਝੀਲ ਦੇ ਵਿੱਚ ਪਹੁੰਚੇ ਹੋਏ ਆ। ਪਰ ਨਾਲ ਦੀ ਨਾਲ ਇੱਥੋਂ ਦੀ ਜ਼ਿਆਦਾ ਇੰਪੋਰਟੈਂਸ ਕੀ ਆ, ਗ੍ਰੀਨਰੀ ਆ, ਸਾਫ਼ ਵਾਤਾਵਰਨ ਆ ਤੇ ਤੁਹਾਨੂੰ ਨਾਲ ਦੀ ਨਾਲ ਪਿੰਡਾਂ ਵਾਲਾ ਮਾਹੌਲ ਬਣ ਜਾਣਾ। ਮੇਰਾ ਜੀ ਤਾਂ ਇਹ ਕਰਦਾ ਕਿ ਇੱਥੇ ਹੋਟੇਲ ਵੀ ਕੋਈ ਇਹੋ ਜਿਹਾ ਬਣ ਜਾਵੇ ਜਿੱਥੇ ਕਿ ਪੂਰਾ ਦੇਸੀ ਸਟਾਈਲ ਦੇ ਵਿੱਚ ਖਾਣਾ ਬਣੇ। ਨਾਲ ਦੀ ਨਾਲ ਪਿੰਡ ਦੇ ਦੋਸਤ, ਟੀਚਰ, ਬੱਚੇ ਸਭ ਬੱਚੇ ਵੀ ਮੌਜੂਦ ਨੇ, ਗੱਲਬਾਤ ਕਰਾਂਗੇ। ਅਸੀਂ ਕਿਹਾ ਵੀਰੇ ਸਤਿ ਸ਼੍ਰੀ ਅਕਾਲ, ਕੀ ਨਾਮ ਆ ਵੀਰੇ? ਜਸਕਰਨ ਸਿੰਘ ਆ ਜੀ। ਜਸਕਰਨ ਤੁਹਾਡਾ ਪਿੰਡ? ਪਿੰਡ ਚੱਕਰੀ। ਚੱਕਰੀ ਆ। ਜਸਕਰਨ ਜੇਕਰ ਗੱਲ ਕੀਤੀ ਜਾਵੇ ਆਪਾਂ ਵੋਟਿੰਗ ਕਰਦੇ ਪਏ ਆ ਪਿੰਡ ਦੇ ਵਿੱਚ ਟੋਟਲ, ਜੇਕਰ ਗੱਲ ਝੀਲਾਂ ਕਿੰਨੀਆਂ? ਪਿੰਡ ਦੇ ਹਰ ਕੋਨੇ ਤੇ ਝੀਲ ਹੈ ਜੀ, ਘੱਟੋ ਘੱਟ 4 ਝੀਲਾਂ ਨੇ ਜੀ। 4 ਝੀਲਾਂ ਵਾ ਤੇ ਜੇਕਰ ਆਪਾਂ ਸਵਾਲ ਇੱਥੋਂ ਸ਼ੁਰੂ ਕਰਨ ਲਿਆ, ਉਦਘਾਟਨ ਹੋਇਆ ਕਿਸ਼ਤੀਆਂ ਦਾ ਉਦਘਾਟਨ ਹੋਇਆ, ਇਹ ਜਿਹੜਾ ਸਾਰਾ ਵੀ ਜਿਵੇਂ ਇਹ ਉਦਮ ਹੋਇਆ ਆ, ਇਹ ਵਿਜ਼ਨ ਹੋਇਆ, ਕਿਵੇਂ ਸ਼ੁਰੂਆਤ ਕਿਵੇਂ ਹੁੰਦੀ ਆ? ਇਹ 2011 'ਚ ਸ਼ੁਰੂਆਤ ਕੀਤੀ ਸੀ ਸਾਡੇ ਮਾਣਯੋਗ ਅੰਕਲ ਨੇ, ਸਰਦਾਰ ਅਜਮੇਰ ਸਿੰਘ ਸਿੱਧੂ ਨੇ ਜੀ। ਕੈਨੇਡੀਅਨ ਸੀਗੇ ਨਾ ਉਹ, ਸ਼ੁਰੂ ਤੋਂ ਹੀ ਉਹਨਾਂ ਦੀ ਸਾਰੀ ਫੈਮਿਲੀ ਕੈਨੇਡਾ ਸੀਗੀ ਤੇ ਉਹਨਾਂ ਨੇ ਇਹ ਕੰਮ ਸ਼ੁਰੂ ਕੀਤਾ ਸੀ ਸਭ ਤੋਂ ਪਹਿਲਾਂ, ਜਾਣੀ ਕਿ ਉਹਨਾਂ ਸਮਿਆਂ ਦੇ ਵਿੱਚ 2011 ਦਾ ਸਮਾਂ ਸੀ ਜਦੋਂ ਸਭ ਤੋਂ ਪਹਿਲਾਂ ਸੀਵਰੇਜ ਦਾ ਕੰਮ ਉਹਨਾਂ ਨੇ ਸ਼ੁਰੂ ਕੀਤਾ ਤੇ ਉਸ ਤੋਂ ਬਾਅਦ ਫਿਰ ਮੋਰਗਨ ਛੱਪੜਾਂ ਨੂੰ ਲੇਕਾਂ ਦਾ ਰੂਪ ਦਿੱਤਾ ਉਹ ਦੇਣ ਵਾਲੇ ਨੇ। ਠੀਕ ਹੈ, ਜੇਕਰ ਗੱਲ ਕੀਤੀ ਜਾਵੇ ਜਦੋਂ ਵਿਦੇਸ਼ ਤੋਂ ਇੰਨਾ ਚੰਗਾ ਖਿਆਲ ਆਇਆ ਤਾਂ ਉਸ ਤੋਂ ਬਾਅਦ ਜਿਹੜੇ ਪਿੰਡ ਦੇ ਲੋਕ ਸੀ ਜਿਹੜੇ ਵਿਦੇਸ਼ ਦੇ ਵਿੱਚ ਰਹਿੰਦੇ ਜਾਂ ਪਿੰਡ ਵਾਸ, ਉਹਨਾਂ ਦਾ ਵੀ ਹੈਲਪ ਨਾਲ ਦੀ ਨਾਲ ਮਿਲਦੀ ਰਹੀ? ਹਾਂਜੀ, ਪਿੰਡ ਦੇ ਵਿੱਚੋਂ ਬਹੁਤ ਮੁੰਡੇ ਸਮਝਦਾਰ ਸੀਗੇ ਹਨਾ, ਬਾਈ ਹੁਣਾਂ ਵਰਗੇ ਹਨਾ, ਤੇ ਬਹੁਤ ਹੋਰ ਵੀ ਜਾਣੀ ਕਿ ਜੋ ਸਮਝਦਾਰ ਸੀਗੇ ਜਾਂ ਕਈ ਹੋਰ ਵੀ ਬਾਹਰੋਂ ਉਹਨਾਂ ਦੇ ਮਿੱਤਰ ਸੀਗੇ, ਦੋਸਤ ਸੀਗੇ ਜੋ ਉਹਨਾਂ ਨੇ ਵੀ ਕਾਫੀ ਹੈਲਪ ਕੀਤੀ ਨੇ। ਕੈਵਨ ਮੋਰਗਨ ਦੇ ਨਾਮ ਤੇ ਲੇਕ ਬਣੀ ਹੈ ਜੀ ਤੇ ਆਇਰਿਸ਼ ਮੋਰਗਨ ਨੇ ਹਨਾ ਹੈਲਪ ਕੀਤੀ ਸੀ ਪੂਰੇ 1 ਕਰੋੜ ਰੁਪਏ ਦੇ ਨਾਲ ਇਸ ਲੇਕ ਨੂੰ ਬਣਾਉਣ ਲਈ। ਤੇ ਜੇਕਰ ਆਪਾਂ ਆਮ ਦਿਨਾਂ ਦੀ ਗੱਲ ਕੀਤੀ ਜਾਵੇ, ਅੱਜ ਜਿਵੇਂ ਕਿਸ਼ਤੀਆਂ ਚੱਲਦੀਆਂ ਪਈਆਂ ਵਾ ਹਨਾ, ਆਮ ਦਿਨਾਂ ਦੇ ਵਿੱਚ ਕੀ ਲੋਕ ਸਵੇਰੇ ਸ਼ਾਮ ਇੱਥੇ ਆ ਕੇ ਸੈਰ ਕਰਦੇ ਆ ਜਾਂ ਬਹਿੰਦੇ ਆ? ਹਾਂਜੀ, ਇੱਥੇ ਜਾਣੀ ਕਿ ਵੀ ਰੌਣਕ ਲੱਗੀ ਹੋਈ ਰਹਿੰਦੀ ਹੈ, ਸੁਬਾ ਸ਼ਾਮ ਜਾਣੀ ਕਿ ਵੀ ਆਉਂਦੇ ਨੇ ਸਭ, ਸਾਰੇ ਪਾਸੇ ਜਾਣੀ ਕਿ ਸੁਬਾ ਕੋਈ ਮੋਰਨਿੰਗ ਵਾਕ ਲਈ ਆਉਂਦਾ, ਕੋਈ ਸ਼ਾਮ ਨੂੰ ਰੋਟੀ ਖਾ ਕੇ ਗੇੜਾ ਦੇਣ ਆਉਂਦਾ ਤੇ ਇੱਥੇ ਜਾਣੀ ਕਿ ਰੌਣਕ। ਅੱਛਾ, ਜਿਹੜੇ ਵੀਡੀਓ ਲੋਕ ਦੇਖਦੇ ਹੋਣੇ ਆ, ਜੇਕਰ ਜਿਹੜੇ ਲੋਕ ਬਠਿੰਡੇ ਹੋ, ਜੇ ਕਿਸੇ ਨੇ ਆਉਣਾ ਜਾਂ ਮੋਗੇ ਆਉਣਾ ਜਾਂ ਫਿਰੋਜ਼ਪੁਰ ਤੋਂ ਆਉਣਾ, ਤਾਂ ਜੇਕਰ ਕਿਸੇ ਨੇ ਮੋਗੇ ਦੇ ਕੋਲੋਂ ਆਉਣਾ ਵਾ ਕਿਉਂਕਿ ਬਾਈਪਾਸ ਬਣ ਜਾਂਦਾ, ਉਹ ਰੂਟ ਕਿਹੜੇ ਤੋਂ ਆਉਣ ਫਿਰ?
ਮੋਗੇ ਤੋਂ ਜੀ ਬਦਨੀ ਰੋਡ ਸਾਰਿਆਂ ਨਾਲੋਂ ਬੈਸਟ ਹੈ ਜੀ। ਠੀਕ ਹੈ ਹਾਈਵੇ ਬਦਨੀ ਰੋਡ ਕਿੰਨਾ ਕਿਲੋਮੀਟਰ ਬਣ ਜਾਂਦਾ ਵਾ? ਇੱਥੋਂ ਬਦਨੀ ਕੁੱਲ 12 ਕਿਲੋਮੀਟਰ ਹੀ ਹੈ ਜੀ। ਠੀਕ ਹੈ, 12 ਕਿਲੋਮੀਟਰ ਤੋਂ ਬਾਅਦ ਤੋਂ ਮੇਨ ਰੋਡ ਆ ਜਾਂਦੀ ਹੈ। ਹਾਂਜੀ ਠੀਕ ਆ। ਤੇ ਜੇਕਰ ਗੱਲ ਕੀਤੀ ਜਾਵੇ ਜੇ ਕਿਸੇ ਲੁਧਿਆਣੇ ਆਉਣਾ ਫਿਰ ਕਿਹੜਾ ਰੂਟ ਬਣਦਾ? ਲੁਧਿਆਣੇ ਤੋਂ ਫਿਰ ਜਗਰਾਉਂ ਦਾ ਰੂਟ ਸਾਰਿਆਂ ਨਾਲੋਂ ਬੈਸਟ ਰਹਿੰਦਾ ਜੀ। ਠੀਕ ਹੈ, ਰੇਡ ਦੀ ਹੈ। ਠੀਕ ਹੈ, ਉਹ 18 ਕਿਲੋਮੀਟਰ ਇੱਥੇ ਜਗਰਾਉਂ। ਠੀਕ ਹੈ, ਜੇਕਰ ਗੱਲ ਕੀਤੀ ਜਾਵੇ ਤੁਹਾਡੇ ਪਿੰਡ ਚੱਕਰ ਦੇ ਵਿੱਚ ਜਿੱਥੇ ਅਸੀਂ ਦੇਖਿਆ ਝੀਲਾਂ ਵਾ, ਸੱਥਾਂ ਵੀ ਬਣੀਆਂ ਹੋਈਆਂ, ਖਿਡਾਰੀਆਂ ਵੀ ਬਹੁਤ ਫੇਮਸ ਵਾ, ਇਹ ਸਾਰੇ ਚੀਜ਼ਾਂ ਪਿੰਡ ਚੱਕਰ ਦੇ ਵਿੱਚ ਇੱਕੋ ਪਿੰਡ ਦੇ ਵਿੱਚ ਇੰਨੀਆਂ ਚੀਜ਼ਾਂ ਫੇਮਸ ਹੁੰਦੀਆਂ ਪਈਆਂ ਨੇ। ਪਹਿਲਾਂ ਤੁਸੀਂ ਦੱਸੋ ਵੀ ਆਪਣੇ ਆਪ ਜੋ ਤੁਹਾਨੂੰ ਲੋਕ ਮਿਲਦੇ ਆ ਜਾਂ ਸਟੂਡੈਂਟ ਹੋਣ ਜਾਂ ਦੋਸਤ ਹੋਣ, ਉਹ ਕੀ ਕਹਿੰਦੇ ਆ? ਹਾਂਜੀ, ਐਕਚੁਅਲੀ ਮੈਂ ਵੀ ਸਟੂਡੈਂਟ ਹੀ ਹਾਂ। ਜਦੋਂ ਮੈਂ ਇੱਦਾਂ ਕਿਤੇ ਬਾਹਰ ਜਾਂਦਾ, ਮੈਂ ਥੀਏਟਰ ਦਾ ਸਟੂਡੈਂਟ ਹੈ ਨਾ, ਤੇ ਜਦੋਂ ਮੈਂ ਇੱਦਾਂ ਕਿਤੇ ਬਾਹਰ ਜਾਂਦਾ ਤੇ ਮਿਲਦੇ ਆ ਲੋਕਾਂ ਨੂੰ ਤੇ ਦੱਸਦੇ ਆ ਹੈ ਨਾ ਕਿ ਬਹੁਤਿਆਂ ਨੂੰ ਪਤਾ। ਪਹਿਲਾਂ ਮੈਂ ਬਾਈ ਦੀ ਗੱਲ ਰੋਕਦਾ ਵਾਂ, ਜਿਹਨੂੰ ਮਿਲਦੇ ਆ ਇਸ ਪਿੰਡ ਦੇ ਵਿੱਚ ਕੋਈ ਨਾ ਕੋਈ ਕਿੱਤੇ ਦੇ ਵਿੱਚ ਉਹ ਵਿਸ਼ੇਸ਼ਤਾ ਰੱਖਦਾ ਹੈ, ਤੁਸੀਂ ਥੀਏਟਰ ਕਰਦੇ ਹੋ, ਪਹਿਲਾਂ ਤੁਸੀਂ ਆਪਣਾ ਜਵਾਬ ਕੰਪਲੀਟ ਕਰੋ ਫਿਰ ਮੈਂ ਅਗਲਾ ਸਵਾਲ ਕਰਾਂ। ਤੇ ਜਦੋਂ ਇੱਦਾਂ ਕਿਤੇ ਜਾਈਦਾ ਨਾ, ਸ਼ੋਅ ਕਰਨ ਜਾਈਦਾ ਨਾ ਜੀ, ਤੇ ਫਿਰ ਇੱਦਾਂ ਦੱਸੀ ਦਾ ਪਿੰਡ ਨੂੰ, ਜੋ ਤਾਂ ਜਾਣਦੇ ਹੁੰਦੇ ਨੇ ਉਹ ਤਾਂ ਫਿਰ ਕਹਿੰਦੇ ਨੇ ਬਈ ਬਹੁਤ ਸੋਹਣਾ ਪਿੰਡ ਆ। ਜਦੋਂ ਹਨਾ ਬਹੁਤਿਆਂ ਨੂੰ ਫਿਰ ਦੱਸੀਦਾ ਵੀ ਬਈ ਸਾਡਾ ਪਿੰਡ ਵੀ ਇੱਕ ਹੀ ਆ ਤੇ ਹੈ ਵੀ ਯੂਨੀਕ ਆ ਸਾਰਿਆਂ ਨਾਲੋਂ ਕੋਈ ਵੱਖ ਹੈ ਨਾ, ਵੀ ਇੱਦਾਂ ਨਹੀਂ ਵੀ ਕਿਸੇ ਪਿੰਡ 'ਚ ਸਾਡੇ ਨਾਲ ਦੀ ਕੋਈ। ਆਹ ਦੇਖੋ, ਮੈਂ ਕੈਮਰਾਮੈਨ ਨੂੰ ਕਹੂੰਗਾ ਜਿਵੇਂ ਟਾਪੂ ਬਣਿਆ ਹੁੰਦਾ ਵਾ ਕਿਸੇ ਝੀਲ ਦੇ ਵਿੱਚ, ਜੇ ਅਸੀਂ ਗੋਆ ਵਗੈਰਾ ਦੀ ਗੱਲ ਕੀਤੀ ਜਾਵੇ, ਅੰਦਰ ਟਾਪੂ ਬਣੇ ਹੁੰਦੇ ਤਾਂ ਉਹ ਟਾਪੂ ਆ ਤੇ ਅੰਦਰ ਤੁਸੀਂ ਬੱਤਕਾਂ ਦੇਖ ਸਕਦੇ ਹੋ। ਇਹ ਅਦਭੁਤ ਨਜ਼ਾਰਾ ਜਿਹੜਾ ਵਾ, ਕੈਮਰਾ ਦੀ ਅੱਖਾਂ ਤੁਸੀਂ ਜ਼ੂਮ ਕਰਕੇ ਦੇਖ ਸਕਦੇ ਹੋ ਕਿ ਅਦਭੁਤ ਨਜ਼ਾਰਾ ਤੁਹਾਨੂੰ ਪਿੰਡ ਚੱਕਰ, ਜਿਹੜਾ ਕਿ ਜ਼ਿਲ੍ਹਾ ਲੁਧਿਆਣਾ ਦਾ ਅਖੀਰਲਾ ਪਿੰਡ ਮੰਨਿਆ ਜਾਂਦਾ ਆ, ਉਸ ਪਿੰਡ ਦਾ ਨਜ਼ਾਰਾ ਵਾ। ਤੁਸੀਂ ਵੀ, ਅਸੀਂ ਇਹ ਗੱਲ ਕਹਿੰਦੇ ਇਸ ਪਿੰਡ ਦੇ ਵਿੱਚ ਆ ਕੇ ਜ਼ਰੂਰ ਇੱਕ ਵਾਰ ਇਹ ਚੀਜ਼ਾਂ ਜਿਹੜੀਆਂ ਕਿ ਕੁਦਰਤ ਦੀ ਗੋਦ ਦੇ ਵਿੱਚ ਇਹ ਚੀਜ਼ਾਂ ਵਾ ਦੇਖਣ ਦੀ ਕੋਸ਼ਿਸ਼ ਕਰਿਓ। ਅੱਛਾ, ਜੇਕਰ ਥੀਏਟਰ ਦੀ ਗੱਲ ਕੀਤੀ ਜਾਵੇ, ਤੁਸੀਂ ਥੀਏਟਰ ਦੇ ਵਿੱਚ ਕੀ ਐਜ਼ ਏ ਕਿਵੇਂ ਕੰਮ ਕਰਦੇ ਹੋ? ਮੈਂ ਐਜ਼ ਏ ਸਟੂਡੈਂਟ ਕੰਮ ਹੀ ਕਰ ਰਿਹਾ ਤੇ ਮੈਨੂੰ ਹੋ ਗਏ ਘੱਟ ਤੋਂ ਘੱਟ 5-6 ਸਾਲ ਹੋ ਗਏ ਮੈਨੂੰ ਇਸ ਫੀਲਡ 'ਚ, ਤੇ ਨਾਟਕ ਕਰਦੇ, ਨੁੱਕੜ ਨਾਟਕ ਕਰਦੇ ਅਸੀਂ। ਤੇ ਲਾਸਟ ਟਾਈਮ ਜਦੋਂ ਧਰਨਾ ਸੀਗਾ ਦਿੱਲੀ, ਉਸ ਟਾਈਮ ਵੀ ਅਸੀਂ ਸਾਰਾ ਜਾਣੀ ਕਿ ਸ਼ੁਰੂ ਤੋਂ ਲੈ ਕੇ ਐਂਡ ਤੱਕ ਅਸੀਂ ਉੱਥੇ ਕਿਸਾਨੀ ਮੋਰਚੇ ਦੇ ਰਿਲੇਟਡ ਨਾਟਕ ਕੀਤੇ। ਤੇ ਜਦੋਂ ਇੱਦਾਂ ਕਿਸੇ ਨੂੰ ਦੱਸਦੇ ਸੀਗੇ, ਹਰਿਆਣੇ ਤੋਂ ਵੀ ਪੁੱਛਦੇ ਸੀ ਵੀ ਅਸੀਂ ਕਹਿ, ਇੱਕ ਦੋ ਬੰਦੇ ਮਿਲੇ ਵੀ ਮੈਨੂੰ ਇੱਦਾਂ ਦੇ ਜੋ ਕਹਿੰਦੇ ਯਾਰ ਵੀ ਅਸੀਂ ਤੁਹਾਡੇ ਪਿੰਡ ਗਏ, ਫਿਰ ਬਹੁਤ ਪ੍ਰਾਊਡ ਫੀਲ ਹੁੰਦਾ ਵੀ ਹਾਂ ਸਾਡੇ ਪਿੰਡ ਨੂੰ ਜਾਣ ਦਾ ਕੋਈ, ਸਿਰਫ ਅਜਮੇਰ ਸਿੰਘ ਸਿੱਧੂ ਜੀ ਦਾ ਕਰਕੇ ਹੈ ਨਾ, ਉਹ ਸਾਡੇ ਦਿਲਾਂ 'ਚ ਹੁਣ ਵੀ ਜਿਉਂਦੇ ਆ ਤੇ ਜਿਉਂਦੇ ਰਹਿਣ। ਅੱਛਾ, ਹੁਣ ਆਪਾਂ ਬੋਟਿੰਗ ਤਾਂ ਕਰਦੇ ਹੀ ਪਏ ਆ, ਤੁਸੀਂ ਜਿਵੇਂ ਗੱਲ ਕੀਤੀ 4-5 ਸਾਲ ਹੋ ਗਏ ਆ, ਕੋਈ ਇਸ ਤਰ੍ਹਾਂ ਡਾਇਲੋਗ ਯਾਦ ਹੋਵੇ? ਡਾਇਲੋਗ ਕਾਫੀ ਤਰ੍ਹਾਂ ਦੇ ਨੇ ਜੀ, ਹਨਾ ਕੋਈ ਸੁਣਾ ਦਿਓ ਇੱਕ ਅੱਧਾ, ਕੋਈ ਭਾਵੇਂ ਅੱਧੇ ਮਿੰਟ ਦਾ ਹੋਵੇ, ਕੋਈ ਲੱਗੇ ਵੀ ਹਾਂ। ਚਲੋ ਥਨਾ ਇਸ ਰਿਲੇਟਡ ਜੀ ਸੁਣਾਉਣਾ ਤੁਹਾਨੂੰ, ਭਗਤ ਸਿੰਘ ਜੀ ਦਾ ਡਾਇਲੋਗ ਹੈ ਤੇ ਉਹ ਜਾਣੀ ਕਿ ਜਦੋਂ ਜੇਲ੍ਹ 'ਚ ਨੇ ਤੇ ਉਹ ਆਪਣੀ ਮਾਤਾ ਜੀ ਨਾਲ ਗੱਲ ਕਰਦੇ ਨੇ ਤੇ ਉਹ ਕਹਿੰਦੇ ਨੇ, ਬੀਬੇ ਮੈਂ ਨਾ ਸਹੀ ਪਰ ਮੇਰੀਆਂ ਆਉਣ ਵਾਲੀਆਂ ਨਸਲਾਂ ਇਸ ਆਜ਼ਾਦੀ ਦਾ ਨਿੱਘ ਜ਼ਰੂਰ ਮੰਨਣਗੀਆਂ, ਤੇ ਵੇਖੀ ਬੇਬੇ ਇੱਕ ਨਾ ਇੱਕ ਦਿਨ ਆਜ਼ਾਦ ਭਾਰਤ ਦਾ ਸੂਰਜ ਪੂਰੀ ਦੁਨੀਆ ਤੇ ਚਮਕੂਗਾ ਬੇਬੇ, ਤੇ ਆਪਣੇ ਭਾਰਤ ਦਾ ਨਾਂ ਸਾਰੀ ਦੁਨੀਆ ਤੇ ਹੋਊਗਾ। ਕੀ ਬਾਤ ਹੈ ਬਾਈ ਜੀ, ਤੇ ਜਿਹੜਾ ਭਗਤ ਸਿੰਘ ਹੋਰਾਂ ਦੇ ਵੱਲੋਂ ਇਹ ਅਲਫਾਜ਼ ਬੋਲੇ ਗਏ ਸਨ, ਉਹ ਆਪਣੇ ਆਪ ਦੇ ਵਿੱਚ ਅੱਜ ਦੇਖਣ ਨੂੰ ਵੀ ਮਿਲਦੇ ਪਏ ਆ। ਕਿਉਂ? ਕਿਉਂਕਿ ਆਜ਼ਾਦ ਭਾਰਤ ਦਾ ਨਿੱਘ ਅਸੀਂ ਮਾਰਦੇ ਪਏ ਆ ਤੇ ਦੇਖਣ ਵਾਲੇ ਸਰੋਤੇ ਵੀ ਮਾਰਦੇ ਪਏ, ਨਾਲ ਦੀ ਨਾਲ ਹੀ ਇੱਕ ਤਸਵੀਰ ਆ ਬੱਚੇ ਬੈਠੇ ਆ ਤੇ ਨਾਲ ਦੀ ਨਾਲ ਜਿਹੜੇ ਸਾਡੇ ਨਾਲ ਹੈਲਪ ਕਰਦੇ ਪਏ ਆ ਇਸ ਵੋਟਿੰਗ ਨੂੰ ਕਰਨ ਦੇ ਵਾਸਤੇ। ਬਾਈ ਜੀ, ਉਹਨਾਂ ਨਾਲ ਵੀ ਥੋੜੀ ਮੋਟੀ ਗੱਲਬਾਤ ਕਰ ਲੈਂਦੇ ਆ। ਸਤਿ ਸ਼੍ਰੀ ਅਕਾਲ ਵੀਰੇ, ਕੀ ਨਾਮ ਆ ਆਪਣਾ? ਅਸੀਂ ਫੜ ਲਓ ਭਾਵੇਂ। ਸਤਿ ਸ਼੍ਰੀ ਅਕਾਲ ਵੀਰੇ, ਕੀ ਨਾਮ ਆ? ਮੇਰਾ ਨਾਮ ਨਾ ਵੀਰੇ, ਜੇਕਰ ਗੱਲ ਕੀਤੀ ਜਾਵੇ ਤੁਹਾਡਾ ਕਿਹੜਾ ਪਿੰਡ ਆ? ਚੱਕਰੀਆ ਪਿੰਡ। ਚੱਕਰਾ ਬਾਈ ਜੀ, ਤੁਸੀਂ ਬੋਟਿੰਗ ਕਰਦੇ ਪਏ ਹੋ, ਫਿਰ ਕਈ ਵਾਰ ਤੁਸੀਂ ਆ ਲਾਈਫ ਜੈਕਟ ਵੀ ਪਾਈ ਹੋਈ ਆ, ਸੁਰੱਖਿਆ ਦੇ ਪ੍ਰਬੰਧਨ ਨੂੰ ਲੈ ਕੇ ਕਿਵੇਂ ਦਿਮਾਗ ਦੇ ਵਿੱਚ ਰਹਿੰਦਾ? ਵੈਸੇ ਤਾਂ ਵੀਰੇ ਲਾਈਫ ਜੈਕਟ ਹੋਰ ਵੀ ਹੈਗੀ ਸਾਡੇ ਕੋਲ। ਠੀਕ ਹੈ, ਤੇ ਉਹ ਥੋੜਾ ਹੁਣ ਗਰਮੀ ਕਰਕੇ ਕੋਈ ਨਹੀਂ ਪਾਉਂਦਾ ਗਾ, ਤੇ ਟਾਇਰ ਵਗੈਰਾ ਵੀ ਲਿਆਂਦੇ ਹੋਏ ਆ ਤੇ ਰਿੰਗ ਟਾਇਰ ਉਹ ਵੀ ਨਾਲ ਅਸੀਂ ਦੇ ਕੇ ਭੇਜਦੇ, ਤੇ ਜੇ ਕੋਈ ਮਤਲਬ ਇੱਦਾਂ ਦਾ ਪਹਿਚਾਣ ਸੁਣਦਾ ਨਹੀਂ ਅਸੀਂ ਨਾਲ ਚਲੇ ਜਾਂਦੇ ਹਾਂ, ਤੇ
ਸੇਫਟੀ ਦਾ ਪੂਰਾ ਧਿਆਨ ਰੱਖੀਏ। ਅੱਛਾ, ਜੇਕਰ ਗੱਲ ਕੀਤੀ ਜਾਵੇ, ਕਈ ਵਾਰੀ ਚੀਜ਼ਾਂ ਸਵਾਲ ਇਹ ਪੈਦਾ ਹੋ ਜਾਂਦੇ ਕਿ ਕੀ ਬਾਈ ਉਹਨਾਂ ਨੂੰ ਸਾਰਾ ਕੁਛ ਆਉਂਦਾ ਆਪ ਕਰਨਾ ਜੇਕਰ ਡਾਈਵਿੰਗ ਦੀ ਲੋੜ ਪੈ ਜਾਏ ਕਈ ਵਾਰੀ? ਹਾਂ, ਮੇਰੇ ਸਾਹਮਣ ਅਸੀਂ ਤੈਰਨਾ ਵੀ ਆਉਂਦਾ ਸਾਨੂੰ ਅਤੇ ਕਹਿ ਲਓ ਵੀ ਡਾਈਵਿੰਗ ਕਰਨੀ ਵੀ ਹੁੰਦੀ। ਠੀਕ ਹੈ, ਠੀਕ ਹੈ, ਠੀਕ ਹੈ। ਸੋ ਬਾਈ ਜੀ, ਹੁਣ ਤੁਸੀਂ ਨਜ਼ਾਰਾ ਦੇਖਦੇ ਰਹੋ ਪਿੰਡ ਚੱਕਰ ਦੀਆਂ ਝੀਲਾਂ ਦਾ, ਅਤੇ ਨਾਲ ਦੀ ਨਾਲ ਇਸ ਸਫ਼ਰ ਦੇ ਵਿੱਚ ਅਸੀਂ ਇਹ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਵੀ ਇਸ ਪਿੰਡ ਦੇ ਵਿੱਚ ਆ ਕੇ ਇਹਨਾਂ ਕੁਦਰਤ ਦੇ ਨਜ਼ਾਰਿਆਂ ਦਾ ਆਨੰਦ ਮਾਣੋਗੇ। ਤਦ ਤੱਕ ਡੱਡ ਲਓ ਸਾਡੇ ਨਾਲ, ਸਾਡਾ ਪੰਜਾਬ ਕੈਨੇਡਾ ਟੀਵੀ ਦੇ ਨਾਲ, ਕੈਮਰਾਮੈਨ ਦਿਨੇਸ਼ ਅਤੇ ਮੈਂ ਨਰਿੰਦਰ ਕਲੇਰ, ਸਾਡਾ ਪੰਜਾਬ ਕੈਨੇਡਾ ਟੀਵੀ। ਭਾਈ ਦੀ ਅੱਜ ਪੂਰੀ ਐਕਸਰਸਾਈਜ਼ ਹੋਣੀ। ਹੈਲੋ ਗਾਇਸ, ਹੈਲੋ ਹੈਲੋ ਗਾਇਸ, ਬਹੁਤ ਚੀਜ਼ ਘੈਂਟ ਸਾਰੇ। ਸੋ ਇੱਕ ਵਾਰ ਫਿਰ ਤੋਂ ਬੱਚਿਆਂ ਦੇ ਨਾਲ, ਸਟੂਡੈਂਟਸ ਨਾਲ ਜੁੜੇ ਹੋਏ ਆ, ਵਿਚਾਰ ਵਟਾਂਦਰਾ ਕਰਦੇ ਆ। ਸਭ ਤੋਂ ਪਹਿਲਾਂ ਪਿੰਡ ਦੀ ਗੱਲ ਕਰਦੇ ਆ, ਤੁਹਾਡਾ ਨਾਮ ਕੀ ਆ, ਤੁਹਾਡਾ ਪਿੰਡ ਕਿਹੜਾ, ਸਕੂਲ ਕਿਹੜਾ? ਮੇਰਾ ਨਾਮ ਕੋਮਲਪ੍ਰੀਤ ਕੌਰ ਹੈ, ਮੇਰਾ ਪਿੰਡ ਮੱਲਾ ਵਾ, ਮੇਰੇ ਸਕੂਲ ਦਾ ਨਾਮ ਬਲੋਜ਼ਮ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਚੱਕਰ ਹੈ। ਠੀਕ ਹੈ, ਜੇਕਰ ਗੱਲ ਕੀਤੀ ਜਾਵੇ ਕੋਮਲ, ਪਿੰਡ ਚੱਕਰ ਦੇ ਵਿੱਚ ਪਹੁੰਚੇ ਹੋਏ ਆ, ਹਨਾ, ਜਿਸ ਤਰ੍ਹਾਂ ਬੋਟਿੰਗ ਚੱਲਦੀ ਪਈ ਆ, ਪਹਿਲਾਂ ਦੇਖ ਕੇ ਮਨ ਦੇ ਵਿੱਚ ਕੀ ਵਿਚਾਰ ਆਇਆ? ਸਰ, ਪਹਿਲਾ ਵਿਚਾਰ ਮੇਰਾ ਇਹ ਹੈ ਕਿ ਸਰ ਇੱਥੋਂ ਦੇ ਪਹਿਲਾਂ ਤਾਂ ਜਿਹੜੇ ਮਤਲਬ ਕਿ ਸਰ ਜਿਨ੍ਹਾਂ ਨੇ ਇੱਥੇ ਸਾਨੂੰ ਬੁਲਾਇਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਵੀ ਸਾਰੇ ਸਕੂਲ ਦੇ ਬੱਚਿਆਂ ਨੂੰ ਇਕੱਠੇ ਕੀਤਾ। ਜੇਕਰ ਗੱਲ ਕੀਤੀ ਜਾਵੇ, ਜਦੋਂ ਆਪਾਂ ਘਰੇ ਰਹਿੰਦੇ ਹਾਂ, ਟੀਵੀ ਦੇਖਦੇ ਹਾਂ, ਸੋਸ਼ਲ ਮੀਡੀਆ ਦੇਖਦੇ ਹਾਂ, ਤਾਂ ਕਈ ਵਾਰ ਭਾਵੇਂ ਚੰਡੀਗੜ੍ਹ ਦੀ ਗੱਲ ਹੋਵੇ, ਭਾਵੇਂ ਗੋਆ ਦੀ ਗੱਲ ਹੋਵੇ, ਉਹ ਝੀਲਾਂ ਦੇਖ ਲੈਂਦੇ ਹਾਂ, ਆਪਾਂ ਸਮੁੰਦਰ ਦੇਖ ਲੈਂਦੇ ਹਾਂ। ਤੁਸੀਂ ਬੋਟਿੰਗ ਕਰ ਚੁੱਕੇ ਅੱਜ ਕਿ ਨਹੀਂ? ਹਜੇ ਕਰਨੀ ਹੈ, ਹਜੇ ਕਰਨੀ ਆਈ ਕਰਨੀ ਆ, ਬੋਟਿੰਗ ਕਰਨੀ ਆ। ਤਾਂ ਕੀ ਲੱਗਦਾ ਕਿ ਜਿਹੜੇ ਪਿੰਡ ਚ ਕਿਹੜੇ ਲੋਕ ਸ਼ਹਿਰਾਂ ਵਾਲੇ ਆ, ਵੱਡੇ ਵੱਡੇ ਸ਼ਹਿਰਾਂ ਦੇ, ਉਹ ਕਹਿੰਦੇ ਪਿੰਡਾਂ ਦੇ ਵਿੱਚ ਗੱਲ ਹੈ ਨੀ ਗੀ, ਜੇਕਰ ਪਿੰਡ ਦੀ ਕੁੜੀ ਤੋਂ ਮੈਂ ਪੁੱਛਾਂ ਅਸਲ ਦੇ ਵਿੱਚ ਪਿੰਡ ਹੁੰਦਾ ਕੀ ਹੈ? ਪਿੰਡ ਹੀ ਉਹ ਥਾਂ ਵਾ ਜਿੱਥੇ ਮਨੁੱਖ ਦੀਆਂ ਮਤਲਬ ਕਿ ਬਚਪਨ ਬੀਤਦਾ ਬਾਈ। ਸ਼ਹਿਰਾਂ ਵਿੱਚ ਵੀ ਉਹ ਸਰ ਜਿਵੇਂ ਖੇਤ ਵਗੈਰਾ ਹੋ ਗਏ ਮੈਮ, ਸਰ ਉਹ ਹੁੰਦੇ ਨੀ ਉੱਥੇ। ਹਾਂਜੀ, ਤੇ ਜੇਕਰ ਗੱਲ ਕੀਤੀ ਜਾਵੇ ਪਿੰਡਾਂ ਸ਼ਹਿਰਾਂ ਦੇ ਨਾਲ ਨਾਲ ਪਿੰਡਾਂ ਦੇ ਮਾਹੌਲ ਦੇ ਵਿੱਚ, ਕਹਿੰਦੇ ਨੇ ਕਿ ਇੱਕ ਤਾਂ ਸਾਡਾ ਪਿੰਡਾਂ ਦਾ, ਪੰਜਾਬ ਦਾ ਇਤਿਹਾਸ ਜੁੜਿਆ ਹੋਇਆ ਹੈ, ਤੇ ਜਿਹੜੇ ਪਿੰਡ ਦੀਆਂ ਮਾਵਾਂ ਹੁੰਦੀਆਂ ਵਾ, ਦਾਦੇ ਪਾਪਾ ਹੁੰਦੇ ਆ, ਉਹ ਵੀ ਬੱਚਿਆਂ ਨੂੰ ਬਹੁਤ ਪਿਆਰ ਕਰਦੇ ਆ। ਹਾਂਜੀ, ਇਹ ਤਾਂ ਹੈਗਾ ਹੀ, ਦਾਦੇ ਐਂ ਪਿਆਰ ਕਰਦੇ ਆ, ਬਜ਼ੁਰਗ ਹੀ, ਕਿਉਂਕਿ ਸਾਨੂੰ ਹੀ ਉਹਨਾਂ ਨੂੰ ਸਮਾਂ ਦੇਣਾ ਚਾਹੀਦਾ ਬਾਈ। ਪੜ੍ਹਾਈ ਦੇ ਨਾਲ ਨਾਲ ਹੀ ਬਜ਼ੁਰਗਾਂ ਨੂੰ ਸਮਾਂ ਦੇਣਾ ਵੀ ਜ਼ਰੂਰੀ ਆ, ਉਹਨਾਂ ਤੋਂ ਸਾਨੂੰ ਆਪਦੇ ਪਿੰਡ ਬਾਰੇ, ਇਤਿਹਾਸਕ ਜੋਖੜ ਬਾਰੇ ਪਤਾ ਲੱਗਦਾ ਬਾਈ। ਠੀਕ ਹੈ, ਤੇ ਇੱਕ ਅਖੀਰਲਾ ਸਵਾਲ ਲੈ ਲੈਣਾ ਵਾ ਕਿ ਕਈ ਲੋਕ ਕਈ ਇਹ ਸਮਝਦੇ ਆ ਕਿ ਜਿਹੜੇ ਸ਼ਹਿਰਾਂ ਵਾਲੇ ਬੱਚੇ ਜ਼ਿਆਦਾ ਇੰਟੈਲੀਜੈਂਟ ਹੁੰਦੇ ਆ, ਇਹਦੇ ਵਿੱਚ ਸੱਚ ਕਿੰਨਾ ਕੁ? ਇਹ ਤਾਂ ਜੀ ਪੜ੍ਹਾਈ ਦੇ ਤੌਰ ਤੇ ਹੁੰਦਾ ਬਾਈ, ਪਿੰਡਾਂ ਵਾਲੇ ਵੀ ਬਹੁਤ ਪੜ੍ਹਦੇ ਆ ਜੀ, ਉਹਨਾਂ ਨੂੰ ਮੈਂ ਸਰ ਵੀ ਜਿਵੇਂ ਖੇਤੀਬਾੜੀ ਦੇ ਨਾਲ ਜ਼ਿਆਦਾ ਸੰਬੰਧਿਤ ਪਤਾ ਹੁੰਦਾ ਵਾ, ਸ਼ਹਿਰਾਂ ਵਾਲਿਆਂ ਨੂੰ ਪਤਾ ਨਹੀਂ ਹੁੰਦਾ ਇੰਨਾ ਹੀ। ਥੈਂਕ ਯੂ, ਥੈਂਕ ਯੂ। ਟੀਚਰ ਸਾਹਿਬਾਨ ਦੇ ਨਾਲ, ਪਿੰਡ ਦੇ ਸਰਪੰਚ ਸਾਹਿਬਾਨ ਦੇ ਨਾਲ ਗੱਲਬਾਤ ਕੀਤੀ ਹੈ, ਉੱਤੇ ਹੀ ਸਾਡੇ ਦੇਸ਼ ਦਾ, ਸਾਡੇ ਪੰਜਾਬ ਦਾ, ਸਾਡੇ ਪਿੰਡਾਂ ਦਾ ਭਵਿੱਖ, ਬੱਚੇ ਇਹ ਕੀ ਸੋਚਦੇ ਪਏ ਨੇ, ਸਿੱਧੂ ਨੂੰ ਲੈ ਕੇ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕੀ ਨਾਮ ਆਪਣਾ? ਮੇਰਾ ਨਾਮ ਰਵਨੀਤ ਕੌਰ ਹੈ, ਮੈਂ ਪਲੱਸ 1 ਸਟੈਂਡਰਡ ਦੀ ਸਟੂਡੈਂਟ ਹਾਂ। ਮੈਂ ਬਲੋਸਮ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਪੜ੍ਹਦੀ ਹਾਂ, ਤੇ ਮੈਂ ਇਸ ਪਿੰਡ ਦੇ ਸਰਪੰਚ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ, ਜਿਨ੍ਹਾਂ ਨੇ ਇੰਨੀ ਵਧੀਆ ਲੇਕ ਬਣਾਈ, ਸਾਨੂੰ ਬਹੁਤ ਵਧੀਆ ਫੀਲ ਹੋਇਆ ਇੱਥੇ ਆ ਕੇ। ਤੇ ਜਿਵੇਂ ਕਿ ਬੱਚੇ ਘੁੰਮਣ ਜਾਂਦੇ ਨੇ, ਚੰਡੀਗੜ੍ਹ ਜਾਂਦੇ ਨੇ, ਬਟ ਇੱਥੇ ਆ ਕੇ ਚੰਡੀਗੜ੍ਹ ਨਾਲ ਵੀ ਵਧੀਆ ਫੀਲਿੰਗ ਆ ਰਹੀ ਹੈ, ਬਹੁਤ ਵਧੀਆ ਬਣਾ ਰਹੇ ਆ। ਤੇ ਮੈਂ ਬਹੁਤ ਜੇਕਰ ਆਪਾਂ ਮੰਨ ਕੇ ਚੱਲੀਏ, ਜੇਕਰ ਕਈ ਵਾਰ ਲੋਕ ਕਹਿੰਦੇ ਨੇ ਕਿ ਸ਼ਹਿਰ ਚੰਡੀਗੜ੍ਹ ਜਾਣਾ,
ਉੱਥੇ ਲੇਕ ਦੇ ਨਜ਼ਾਰਾ, ਪਰ ਸ਼ਾਇਦ ਪਿੰਡ ਵਾਲਾ ਮਾਹੌਲ ਨਾ ਬਣੇ, ਇਸ ਨਾਲ ਜਿਹੜਾ ਪਿੰਡ ਵਾਲਾ ਮਾਹੌਲ ਵੀ ਬਣ ਸਕਦਾ, ਪਿੰਡ ਵਾਲਾ ਮਾਹੌਲ ਵੀ ਬਣ ਸਕਦਾ। ਠੀਕ ਹੈ, ਜੇਕਰ ਗੱਲ ਕੀਤੀ ਜਾਵੇ ਤੁਸੀਂ, ਤੁਹਾਡਾ ਆਪਣਾ ਕਿਹੜਾ ਪਿੰਡ ਆ? ਮੇਰਾ ਪਿੰਡ ਲੋਪੋ ਹੈ ਜੀ। ਲੋਪੋ ਪਿੰਡ, ਜੇ ਉਹ ਲੋਪੋ ਪਿੰਡ ਤੋਂ ਜਦੋਂ ਗੱਲਬਾਤ ਹੁੰਦੀ ਹੈ ਪਿੰਡ ਚੱਕਰ ਦੀ ਗੱਲ ਹੁੰਦੀ ਹੈ ਜਾਂ ਆਪਣੇ ਪਿੰਡ ਦੀ ਗੱਲ ਹੁੰਦੀ ਹੈ ਤਾਂ ਮਾਣ ਮਹਿਸੂਸ ਹੁੰਦਾ? ਪੂਰਾ ਮਾਣ ਮਹਿਸੂਸ ਹੁੰਦਾ ਨੇ, ਲੋਕ ਗੱਲਬਾਤ ਕਰਦੇ ਨੇ ਵੀ ਪਿੰਡ ਬਹੁਤ ਸਾਫ ਸੁਥਰਾ ਹੈ, ਵੀ ਇੰਨੀ ਇੰਨੀਆਂ ਵਧੀਆ ਲੋਕੇਸ਼ਨਸ ਬਣੀਆਂ ਹੋਈਆਂ ਨੇ। ਠੀਕ ਹੈ, ਠੀਕ ਹੈ, ਠੀਕ ਹੈ, ਧੰਨਵਾਦ। ਆਲਾ ਦੋਨਾਂ ਦੇ। ਮੇਰਾ ਨਾਮ ਅੰਮ੍ਰਿਤਪ੍ਰੀਤ ਕੌਰ ਆ, ਮੇਰਾ ਕਲਾਸ ਪਲੱਸ ਵਨ ਕਲਾਸ ਹੈਗੀ, ਤੇ ਮੈਂ ਪਿੰਡ ਰਸੂਲਪੁਰ ਤੋਂ। ਅੰਮ੍ਰਿਤ, ਜੇਕਰ ਗੱਲ ਕੀਤੀ ਜਾਵੇ ਜਦੋਂ ਅਸੀਂ ਪਿੰਡਾਂ ਦੇ ਵਿੱਚ ਆਪਣੇ ਘਰਾਂ ਤੋਂ ਸਕੂਲਾਂ ਨੂੰ ਜਾਂਦੇ ਹਾਂ, ਸ਼ਹਿਰਾਂ ਦੇ ਵਿੱਚ ਕਹਿ ਦਿੰਦੇ ਕਿ ਬੱਸਾਂ ਲੈਣ ਆ ਗਈਆਂ ਤੇ ਘਰੇ ਵੀ ਹਾਈ ਫਾਈ ਮਾਹੌਲ ਹੁੰਦਾ, ਬੱਚੇ ਪੜ੍ਹ ਲੈਂਦੇ ਆ, ਕਿ ਪਿੰਡਾਂ ਦੇ ਵਿੱਚ ਪੜ੍ਹਨ ਚ ਕੋਈ ਔਖਿਆਈ ਹੁੰਦੀ ਹੈ ਕਿ ਝੂਠ ਬਣਾਇਆ ਹੈ ਲੋਕਾਂ ਨੇ? ਇਹ ਤਾਂ ਸਰ ਜਿਵੇਂ ਵੀ ਜੇ ਬੱਚੇ ਨੇ ਪੜ੍ਹਨਾ ਹੋਵੇ ਤਾਂ ਉਹ ਘਰ ਬੈਠ ਵੀ ਪੜ੍ਹ ਸਕਦਾ ਵਾ, ਜਿਵੇਂ ਕਿ ਬੱਚੇ ਹੋਰਾਂ ਥਾਵਾਂ ਤੇ ਪੜ੍ਹਨ ਲਈ ਜਾਂਦੇ ਹੈਗੇ, ਹਨਾ, ਤੇ ਜੇ ਕਿ ਬੱਚੇ ਦੀ ਮੈਂਟਲ ਐਬਿਲਿਟੀ ਉਨੀ ਹੋਊਗੀ ਪੜ੍ਹਨ ਦੀ ਤਾਂ ਉਹ ਘਰ ਬਹਿ ਕੇ ਵੀ ਵਧੀਆ ਸਕੂਲ ਪਿੰਡਾਂ ਦੇ ਸਕੂਲਾਂ ਚ ਵੀ ਪੜ੍ਹ ਸਕਦਾ। ਜੇਕਰ ਇੱਕ ਗੋਲ ਦੀ ਗੱਲ ਕੀਤੀ ਜਾਵੇ, ਸੁਪਨੇ ਦੀ ਗੱਲ ਕੀਤੀ ਜਾਵੇ, ਕੀ ਸੁਪਨਾ ਲੈ ਕੇ ਪੜ੍ਹਦੇ ਪਏ? ਇੱਕ ਵੀ ਸੁਪਨਾ ਆਪਣਾ ਵਧੀਆ ਰੱਖਣਾ ਚਾਹੀਦਾ ਵਾ ਕਿ ਤੁਹਾਡੇ ਸੁਪਨੇ ਦੀ ਗੱਲ ਕੀਤੀ ਜਾਵੇ, ਐਜ਼ ਏ ਇੰਜੀਨੀਅਰ ਬਣਨਾ, ਡਾਕਟਰ ਬਣਨਾ, ਪਾਇਲਟ ਬਣਨਾ, ਕਿ ਪੁਲਿਸ ਜਾਣਾ, ਕੋਈ ਹੈ ਸੁਪਨਾ ਸੋਚਿਆ ਹੋਇਆ ਹਜੇ ਤੱਕ? ਨਹੀਂ, ਹਜੇ ਸੋਚਿਆ ਨਹੀਂ ਹੋਇਆ। ਪੜ੍ਹਾਈ ਦੇ ਵਿੱਚ ਕਿਵੇਂ ਚੱਲਦਾ ਰੁਝਾਨ? ਵਧੀਆ ਚੱਲਦਾ, ਵਧੀਆ ਚੱਲਦਾ ਪਿਆ। ਅੱਛਾ, ਵੋਟਿੰਗ ਨੂੰ ਲੈ ਕੇ ਵੋਟਿੰਗ ਕਰ ਲਈ? ਕਰਨੀ ਆ, ਕਰਨੀ ਆ ਹਜੇ, ਤੁਸੀਂ ਵੋਟਿੰਗ ਕਰੋ ਫਿਰ ਮਿਲਦੇ ਆ। ਓਕੇ। ਜਿੱਥੇ ਪਿੰਡ ਚੱਕਰ ਦੇ ਵਿੱਚ ਪਹੁੰਚ ਕੇ ਅਸੀਂ ਝੀਲਾਂ ਦਾ ਨਜ਼ਾਰਾ ਲੈਣੇ ਪਏ ਆ, ਤੇ ਨਾਲ ਦੀ ਨਾਲ ਇਸ ਪਿੰਡ ਦੇ ਵਿੱਚ ਸਕੂਲੀ ਬੱਚਿਆਂ ਦੇ ਨਾਲ ਪਿੰਡ ਵਾਸੀ ਪਹੁੰਚੇ ਹੋਏ ਨੇ, ਇਸ ਸਭ ਦੇ ਵਿੱਚ ਸਾਡੇ ਨਾਲ ਬੜੇ ਹੀ ਖਾਸ ਸ਼ਖਸੀਅਤ ਮੌਜੂਦ ਨੇ, ਟੀਚਰ ਸਾਹਿਬਾਨ ਨੇ। ਇਹਨਾਂ ਤੋਂ ਪੁੱਛਦੇ ਆ ਕਿ ਇਹ ਸਭ ਕੁਝ ਦੇਖ ਕੇ ਇਹਨਾਂ ਦੇ ਮਨ ਦੇ ਵਿੱਚ ਪਹਿਲਾ ਵਿਚਾਰ ਕੀ ਆਇਆ? ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ, ਕੀ ਨਾਮ ਆ ਆਪਣਾ? ਮੇਰਾ ਨਾਮ ਪ੍ਰਭਜੀਤ ਸਿੰਘ, ਪਿੰਡ ਰਸੂਲਪੁਰ। ਮੈਂ ਇਸ ਇੱਥੇ ਬਲੋਜ਼ਮ ਪਬਲਿਕ ਸਕੂਲ ਦੇ ਵਿੱਚ ਪੜ੍ਹਾ ਰਿਹਾ। ਦੇਖੋ ਸਰ, ਇਦਾਂ ਦੇ ਉਦਮ ਪਿੰਡ ਵਾਲਿਆਂ ਨੂੰ ਕਰਨੇ ਚਾਹੀਦੇ ਨੇ, ਕਿਉਂਕਿ ਜਿਸ ਨਾਲ ਬੱਚਿਆਂ ਨੂੰ ਇੱਕ ਓਪਰਚੁਨਿਟੀ ਮਿਲਦੀ ਆ, ਕਿਉਂਕਿ ਕੁਛ ਕੁ ਪੇਰੈਂਟਸ ਹੁੰਦੇ ਆ ਜਿਹੜੇ ਬੱਚਿਆਂ ਨੂੰ ਬਾਹਰ ਆਊਟਗੋਇੰਗ ਲਈ ਨਹੀਂ ਲੈ ਕੇ ਜਾ ਰਹੇ, ਬਟ ਜਦੋਂ ਪਿੰਡ ਦੇ ਵਿੱਚ ਇਦਾਂ ਦੀਆਂ ਚੀਜ਼ਾਂ ਹੁੰਦੀਆਂ ਨੇ ਤਾਂ ਉਹਦੇ ਨਾਲ ਬਹੁਤ ਬੱਚੇ ਆ ਜਿਹੜੇ ਐਵਰੇਜ ਫੈਮਿਲੀਜ਼ ਦੇ ਉਤਸ਼ਾਹਿਤ ਹੁੰਦੇ ਨੇ। ਅੱਜ ਤੁਸੀਂ ਦੇਖ ਹੀ ਰਹੇ ਹੋ ਜਿਵੇਂ ਬੱਚਿਆਂ ਦੇ ਵਿੱਚ ਬਹੁਤ ਜ਼ਿਆਦਾ ਕਿਉਰਿਓਸਿਟੀ ਹੈ। ਅਸੀਂ ਆਪਦੇ ਸਕੂਲ ਦੇ ਵਿੱਚੋਂ 9ਵੀਂ ਤੋਂ ਉੱਪਰ ਦੀਆਂ ਗਰਲਸ ਔਰ 4th 5th ਦੇ ਬੱਚੇ ਲੈ ਕੇ ਆਏ ਹੋਏ ਆ, ਤੇ ਬੱਚਿਆਂ ਨੂੰ ਹੈ ਵੀ ਸਾਡੀ ਵਾਰੀ ਕਦੋਂ ਆਊਗੀ। ਅੱਛਾ ਅੱਛਾ, ਜੇਕਰ ਇੱਕ ਸਵਾਲ ਲੈ ਕੇ ਚੱਲੀਏ ਕਿ ਨਾ, ਜੇਕਰ ਪਿੰਡਾਂ ਤੋਂ ਬਾਹਰ ਸ਼ਹਿਰਾਂ ਤੱਕ ਪਹੁੰਚ ਜਾਂਦੇ ਆ ਤਾਂ ਇੱਕ ਮਨ ਦੇ ਵਿੱਚ ਵਿਜ਼ਨ ਬਣ ਜਾਂਦਾ ਵਾ ਵੀ ਪੇਰੈਂਟਸ ਨੂੰ ਲੈ ਕੇ ਜਾਂ ਲੋਕਾਂ ਦੇ ਮਨਾਂ ਦੇ ਵਿੱਚ ਕਿ ਪਿੰਡਾਂ ਦੇ ਵਿੱਚ ਵਿੱਦਿਆ ਦਾ ਉਨਾ ਮਿਆਰ ਉੱਚਾ ਨਹੀਂ ਹੈ, ਇਸ ਤੇ ਸੱਚਾਈ ਕਿੰਨੀ ਕੁ? ਸਰ ਦੇਖੋ, ਮੈਨੂੰ ਇਹ ਲੱਗਦਾ ਵੀ ਐਵਰੇਜ ਫੈਮਿਲੀ ਦਾ ਬੱਚਾ, ਜੇ ਚਾਹੇ ਪੜ੍ਹਨ ਵਾਲਾ ਬੱਚਾ ਹੋਵੇ, ਸਰਕਾਰੀ ਦੇ ਵਿੱਚ ਵੀ ਬਹੁਤ ਵਧੀਆ ਐਜੂਕੇਸ਼ਨ ਲੈ ਸਕਦਾ। ਜਿਵੇਂ ਕਿ ਹੁਣ ਰੀਸੈਂਟ ਰਿਜ਼ਲਟ ਆਇਆ ਤਾਂ ਸਾਡੇ ਸਕੂਲ ਦੇ ਵਿਦਿਆਰਥੀਆਂ ਨੇ 90+ ਮਾਰਕਸ ਲੈ ਕੇ ਸਕੂਲ ਦਾ ਨਾਮ ਰੋਸ਼ਨ ਕੀਤਾ। ਉੱਥੇ ਹੀ ਸਾਡੇ ਸਕੂਲ ਦੇ ਵਿੱਚੋਂ ਤਕਰੀਬਨ 15-16 ਬੱਚੇ ਨੇ ਜਿਨ੍ਹਾਂ ਨੇ 80% ਮਾਰਕਸ ਲਏ ਪੰਜਾਬ ਬੋਰਡ ਦੇ ਵਿੱਚੋਂ, ਕਿਉਂਕਿ ਅਸੀਂ ਮੀਡੀਓਕਰ ਫੈਮਿਲੀ ਦੇ ਵਿੱਚੋਂ ਉੱਠੇ ਹੋਏ ਹਾਂ ਤਾਂ ਅਸੀਂ ਉਸ ਮਿਹਨਤ ਦੇ ਨਾਲ ਬੱਚਿਆਂ ਨੂੰ ਪੜ੍ਹਾਉਂਦੇ ਹਾਂ ਵੀ ਅੱਗੇ ਜਾ ਕੇ ਉਹਨਾਂ ਦਾ ਭਵਿੱਖ ਬਹੁਤ ਵਧੀਆ ਹੋਵੇ। ਇਸ ਪਿੰਡ ਦੇ ਵਿੱਚ 50% ਬੱਚੇ ਆ ਜਿਹੜੇ ਫੇਮਸ ਪਲੇਅਰ ਬਣੇ ਆ, ਉਹ ਸਾਡੇ ਸਕੂਲ ਦੇ ਵਿੱਚੋਂ ਹੀ ਉੱਠੇ ਹੋਏ ਨੇ, ਤੇ ਮੈਨੂੰ ਲੱਗਦਾ ਵੀ ਜੇ ਪੇਰੈਂਟਸ ਧਿਆਨ ਦੇਣ ਤਾਂ ਪਿੰਡਾਂ ਦੇ ਸਕੂਲ ਵੀ ਨਹੀਂ ਮਾੜੇ। ਓਕੇ, ਜਿਸ ਤਰ੍ਹਾਂ ਪਿੰਡ ਚੱਕਰ ਦੇ ਵਿੱਚ ਝੀਲਾਂ ਬਣੀਆਂ ਨੇ ਤੇ ਝੀਲਾਂ ਦੇ ਵਿੱਚ ਉਦਮ ਕੀਤਾ ਗਿਆ ਕਿ ਵੋਟਿੰਗ ਸ਼ੁਰੂ ਕੀਤੀ ਗਈ ਹੈ, ਕੀ ਮੰਨਦੇ ਹੋ ਕਿ ਇਹ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਐਜ਼ ਏ ਇਨਕਮ ਸੋਰਸ ਜੇਕਰ ਜਨਰੇਟ ਕਰਨਾ ਹੋਵੇ ਤਾਂ ਹੋ ਸਕਦਾ ਹੈ? ਹਾਂਜੀ, ਆਬਵੀਅਸਲੀ ਇਨਕਮ ਸੋਰਸ ਹੋ ਸਕਦਾ, ਕਿਉਂਕਿ ਦੇਖੋ ਪਹਿਲਾਂ ਹੀ ਆਪਣੇ ਏਰੀਆ ਦੇ ਮੰਨੇ ਪਰਮੰਨੇ ਪਿੰਡਾਂ ਦੇ ਵਿੱਚੋਂ ਚੱਕਰ ਪਿੰਡ ਆਉਂਦਾ, ਕਿਉਂਕਿ ਇੱਥੋਂ ਦੀ ਆਬਾਦੀ ਔਰ ਇੱਥੋਂ ਦੇ ਜਿਹੜਾ ਮਤਲਬ ਆਪਾਂ ਕਹਿ ਸਕਦੇ ਹਾਂ ਵੀ ਪਿੰਡ ਦੇ ਵਿੱਚ ਜਿਹੜਾ ਲਾਈਫ ਸਟਾਈਲ ਆ ਲੋਕਾਂ ਦਾ ਉਹ ਵੀ ਬਹੁਤ ਜ਼ਿਆਦਾ ਵਧੀਆ, ਤੇ ਪਿੰਡ ਦੇ ਜਿਹੜੇ ਮੋਹਤਵਰ ਬੰਦੇ ਆ ਉਹ ਹਮੇਸ਼ਾ ਇਹਨਾਂ ਚੀਜ਼ਾਂ ਦੇ ਲਈ ਅੱਗੇ ਆਉਂਦੇ ਨੇ, ਤੇ ਇਹ ਐਜ਼ ਅ ਟੂਰਿਸਟ ਅਟਰੈਕਸ਼ਨ ਬਣ ਸਕਦਾ ਜੇ
ਚਾਹੀਏ ਤਾਂ, ਪਰ ਉਸ ਦੇ ਨਾਲ ਹੀ ਸਾਨੂੰ ਲੋਕਾਂ ਨੂੰ ਵੀ ਇੱਥੇ ਆ ਕੇ ਸਫਾਈ ਰੱਖਣੀ ਚਾਹੀਦੀ ਆ, ਜਿਸ ਦੇ ਨਾਲ ਵੀ ਪਿੰਡ ਵਾਲਿਆਂ ਨੂੰ ਕੋਈ ਪ੍ਰੋਬਲਮ ਨਾ ਆਵੇ ਇਸ ਚੀਜ਼ ਨੂੰ ਲੈ ਕੇ। ਅੱਛਾ ਇੱਕ ਲਾਸਟ ਸਵਾਲ ਹੈ ਨਾ ਕਿ ਕਿਉਂਕਿ ਐਜ਼ ਏ ਪ੍ਰੋਫੈਸ਼ਨ ਤੁਹਾਡਾ ਟੀਚਿੰਗ ਵਾਲਾ ਵਾ, ਤਾਂ ਕਈ ਵਾਰ ਮਨ ਦੇ ਵਿੱਚ ਚੀਜ਼ਾਂ ਇਹ ਵੀ ਕੁਐਸਚਨਿੰਗ ਆ ਜਾਂਦੀ ਹੈ ਕਿ ਇਹਦੀ ਸਿਕਿਉਰਿਟੀ ਪਰਪਸ ਨੂੰ ਲੈ ਕੇ, ਕਿ ਤੁਸੀਂ ਵੀ ਗਾਈਡੈਂਸ ਦੇ ਸਕਦੇ ਹੋ ਪਿੰਡ ਵਾਲਿਆਂ ਨੂੰ ਕਿ ਸਿਕਿਉਰਿਟੀ ਪਰਪਸ ਨੂੰ ਲੈ ਕੇ ਆਪਾਂ ਚੀਜ਼ਾਂ ਕਰ ਸਕਦੇ ਹਾਂ? ਹਾਂਜੀ, ਓਬਵੀਅਸਲੀ ਸਾਡੇ ਪਿੰਡ ਦੇ ਵਿੱਚ ਟਾਈਮ ਟੂ ਟਾਈਮ ਪੀਟੀ ਮੀਟ ਬੁਲਾਈਆਂ ਜਾਂਦੀਆਂ ਨੇ, ਅਸੀਂ ਐਨੂਅਲ ਫੰਕਸ਼ਨ ਆਰਗੇਨਾਈਜ਼ ਕਰਦੇ ਹਾਂ, ਅਸੀਂ ਸਾਇੰਸ ਫੇਅਰ ਲਾਉਂਦੇ ਹਾਂ, ਤਾਂ ਬਹੁਤ ਲੋਕ ਨੇ ਜਿਹੜੇ ਸਾਡੇ ਕੋਲ ਆਉਂਦੇ ਨੇ। ਤੇ ਤਕਰੀਬਨ ਇਸ ਪਿੰਡ ਦੇ ਵਿੱਚ ਵਿਚਰਦੇ ਹੋਏ ਮੈਨੂੰ 8 ਸਾਲ ਹੋ ਗਏ ਜੌਬ ਕਰਦੇ ਨੂੰ, ਤੇ ਬਹੁਤ ਪੇਰੈਂਟਸ ਨਾਲ ਟੱਚ ਆ, ਮਤਲਬ ਕਾਫੀ ਜਿਹੜੇ ਪੇਰੈਂਟਸ ਨੇ ਤੁਸੀਂ ਕਹਿ ਸਕਦੇ ਹੋ ਵੀ ਟੀਚਰ ਦੀ ਗੱਲ ਮੰਨਦੇ ਆ, ਕਿਉਂਕਿ ਐਜ਼ ਆ ਉਹ ਫਸਟ ਮੈਂਟਰ ਬੱਚੇ ਦਾ ਟੀਚਰ ਨੂੰ ਮੰਨਦੇ ਨੇ, ਤੇ ਮੈਨੂੰ ਲੱਗਦਾ ਵਾ ਵੀ ਇਸ ਨਾਲ ਕਾਫੀ ਇੰਪਰੂਵਮੈਂਟ ਹੋਊਗੀ ਪਿੰਡ ਦੇ ਵਿੱਚ, ਤੇ ਪਿੰਡ ਦੇ ਲੋਕਾਂ ਨੂੰ ਵੀ ਅੱਗੇ ਆਉਣ ਦਾ ਮੌਕਾ ਮਿਲੂਗਾ। ਬਹੁਤ ਬਹੁਤ ਧੰਨਵਾਦ। ਓਕੇ, ਥੈਂਕ ਯੂ।